नानक नाम लेवा संगतां नूं वाहिगुरु जी का खालसा। अज गुरद्वारा बगीची बाबा बंबा सिंह जी छौणी नहंग सिंघां बुढ़ा दल पटियाला विखे जिथे समुचियां ही गुरु नानक नाम लेवा संगतां ने जिहड़ा बसंत पंचमी का जोड़ मेला हर साल की तरह तो उत्थे ही धन धन साहब श्री गुरु गोबिंद सिंह जी पंथ दे वाली जी उन्होंने जिहड़े विआह पुरब बहुत ही चढ़दी कला दे नाल ते खुशियां दे नाल जिहड़े मनाए गए ने जिथे मैं बसंत पंचमी दियां ते श्री गुरु गोबिंद सिंह जी दे विआह पुरब दियां देश विदेश दियां समूह गुरु नानक नाम देवा संगतां नूं बहुत बहुत वधाइयां दिंदा। उत्थे ही जिथे साडे किसान भरा पंजाब दे समुचे हिंदुस्तान दे जिहड़ियां अपनियां उन्हां दियां जायज़ मंगां ने ते जिहड़े पूरा जिहड़ा साल पिछला साल जिहड़ा 21 दा साल सी ते उन्हां ने बहुत ही शांतमई तरीके दे नाल जिहड़ा अपनियां मंगां सेंटर सरकार दे अगे रखियां ते सेंटर सरकार ने जिहड़ा कुछ कु मंगां मंग के ते दूजा उन्हां दे नाल धोखा कीता किसान भरावां दे नाल ते जिहड़ियां उन्हां दे उपर नजायज़ केस बनाए गए किसानां दे उपर जिहड़े किसान जिहड़े ने मोर्चे दे दरम्यान शांतमई मोर्चे दे दरम्यान जिहड़े शहीदियां प्राप्त कर गए ना उन्हां दा कोई मुआवजा ना उन्हां नूं कोई जिहड़े है उन्हां दे केस वापस लै गए ते जिहड़ियां किसान भरावां दियां जिहड़ियां जायज़ मंगां सी उह वी उन्हां दियां नहीं मंगियां मन्नियां जा रहियां ते हुण जिहड़ा सेंटर सरकार जिहड़ी BJP सरकार है ते हरियाणे दी सरकार किसानां दे उपर जिहड़े अथरू गैस ते गोलियां दे नाल उन्हां दे शांतमई तरीके दे नाल जिहड़े अपनियां मंगां मनाउण वास्ते दिल्ली वल नूं जा रहे ने ते उन्हां दे उपर जिहड़े बहुत ही गलत तरीके दे नाल अटैक करके ते जिहड़ा उन्हां नूं किसानां दे उपर अथरू गैस गोले छड्डे जा रहे ने ते रबड़ दियां गोलियां चलाईयां जा रहियां ने ਉਹ ਜੇ ਕਿਸਾਨ ਜਿਹੜੇ ਪੰਜਾਬ ਦੇ ਸੈਂਟਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਸੈਂਟਰ ਸਰਕਾਰ ਜਿਹੜੀ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿਹੜੇ ਪੰਜਾਬ ਹੈ ਪੰਜਾਬ ਨੇ ਸਰਹੱਦਾਂ ਦੀ ਰਾਖੀ ਵਾਸਤੇ ਹਮੇਸ਼ਾ ਪਹਿਲਾਂ ਵੀ ਅਤੇ ਹੁਣ ਵੀ ਤਤਪਰ ਰਹਿ ਕੇ ਜਿਹੜਾ ਹਿੰਦੁਸਤਾਨ ਦੀ ਰਾਖੀ ਪਹਿਲਾਂ ਵੀ ਕੀਤੀ ਅਤੇ ਹੁਣ ਵੀ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਿੱਖ ਕੌਮ ਜਿਹੜੀ ਹੈ ਖਾਲਸਾ ਪੰਥ ਜਿਹੜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਆਪਣਾ ਸਰਬੰਸ ਵਾਰ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਅਤੇ ਜਿੱਥੇ ਅੱਜ ਸਾਡੇ ਕਿਸਾਨ ਭਰਾਵਾਂ ਦੇ ਉੱਪਰ ਅੰਨਾ ਤਸ਼ੱਦਦ ਜਿਹੜਾ ਉਹਨਾਂ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਅਤੇ ਉਹਨਾਂ ਦੇ ਉੱਪਰ ਅਥਰੂ ਗੈਸ ਛੱਡੇ ਜਾ ਰਹੇ ਨੇ ਗੋਲੇ ਛੱਡੇ ਜਾ ਰਹੇ ਨੇ ਉਹ ਕਦੇ ਵੀ ਜਿਹੜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਉਹਨਾਂ ਦੇ ਉੱਪਰ ਜਿਹੜੇ ਅਥਰੂ ਗੈਸ ਅਤੇ ਗੋਲੇ ਛੱਡੇ ਜਾ ਰਹੇ ਨੇ ਉਹਦੀ ਮੈਂ ਸਖ਼ਤ ਸ਼ਬਦਾਂ ਦੇ ਵਿੱਚ ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨਿਖੇਧੀ ਕਰਦਾ ਅਤੇ ਨਾਲ ਹੀ ਇਹ ਜਿਹੜਾ ਕਿਸਾਨ ਭਰਾਵਾਂ ਨੂੰ ਉਹਨਾਂ ਨੂੰ ਉਹਨਾਂ ਦੀ ਜਿੱਥੇ ਵੀ ਕੋਈ ਵੀ ਜ਼ਰੂਰਤ ਹੋਊਗੀ ਸਾਰੀਆਂ ਹੀ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਜਿੱਥੇ ਪਹਿਲਾਂ ਵੀ ਉਹਨਾਂ ਦੇ ਨਾਲ ਡਟ ਕੇ ਖੜ੍ਹੇ ਰਹੇ ਹਾਂ ਅਤੇ ਹੁਣ ਵੀ ਅੱਗੇ ਵੀ ਉਹਨਾਂ ਦੀ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਹੋਵੇਗੀ ਇਹ ਨਾ ਸੈਂਟਰ ਸਰਕਾਰ ਸਮਝੇ ਜਾਂ ਜਿਹੜੀ ਹਰਿਆਣਾ ਸਰਕਾਰ ਹੈ ਕਿ ਕਿਸਾਨਾਂ ਦੇ ਉੱਪਰ ਜਿਹੜਾ ਇਹ ਅੰਨਾ ਤਸ਼ੱਦਦ ਕਰੂਗੀ ਜਾਂ ਉਹਨਾਂ ਦੇ ਸ਼ਾਂਤਮਈ ਜਿਹੜਾ ਉਹ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਮੰਗੀਆਂ ਜਾ ਰਹੀਆਂ ਨੇ ਅਤੇ ਉਹਨਾਂ ਦੇ ਉੱਪਰ ਜਿਹੜਾ ਅੰਨਾ ਤਸ਼ੱਦਦ ਨਾ ਕਰੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਅਤੇ ਉਹ ਮੰਗਣ ਵੱਲ ਧਿਆਨ ਦੇਵੇ ਅਤੇ ਉਹ ਮੰਨਣ ਉਹਨਾਂ ਦੀਆਂ ਮੰਗਾਂ ਜੇ ਨਹੀਂ ਮੰਨਣਗੇ ਤਾਂ ਖਾਲਸਾ ਪੰਥ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਪੂਰੇ ਤਨ ਮਨ ਅਤੇ ਧਨ ਦੇ ਨਾਲ ਜਵੈ ਬਾਣ ਲਾਗਿਓ ਤਵੈ ਰੋਸ ਜਾਗਿਓ ਸੋ ਉਹਨਾਂ ਦੇ ਨਾਲ ਤਗੜੇ ਹੋ ਕੇ ਅਸੀਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਖੜਾਂਗੇ। ਫਤਿਹ ਪਾਵੇ ਨਿਹਾਲ ਹੋ ਜਾਵੇ।
ਕਲਿਆਣ ਵਾਸਤੇ ਜਿਹੜਾ ਮਜਬੂਰ ਕਰ ਦਿਆਂਗੇ। ਤੇ ਜੇ ਖਾਲਸਾ ਪੰਥ ਨੇ ਜਿਹੜਾ ਹਮੇਸ਼ਾ ਹੀ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ, ਤੇ ਜੇ ਕਿਸੇ ਨੇ ਜ਼ੁਲਮ ਕੀਤਾ ਤੇ ਉਹਨੂੰ ਉਹਦਾ ਜਿਹੜਾ ਜਵਾਬ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਵੀ ਦੇਣਾ ਆਉਂਦਾ। ਜੱਜ ਕਰੀ ਕਰ ਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ। ਫਿਰ ਦੁਬਾਰਾ ਸੈਂਟਰ ਜਿਹੜੀ ਸਰਕਾਰ ਹੈ ਬੀਜੇਪੀ ਦੀ, ਇਹ ਜਿਹੜਾ ਸਿੱਖਾਂ ਦੇ ਕਿਸਾਨਾਂ ਦੇ ਉੱਪਰ ਜਿਹੜਾ ਇਹੋ ਜਿਹਾ ਜ਼ੁਲਮ ਨਾ ਕਰੇ, ਜਿਹੜਾ ਇਹਨਾਂ ਨੂੰ ਭੁਗਤਣਾ ਪਵੇ, ਅਤੇ ਉਹ ਜਿਹੜਾ ਇਹਨਾਂ ਦੀਆਂ ਤੁਰੰਤ ਜਿਹੜੀਆਂ ਮੰਗਾਂ ਮੰਨਣ, ਜਿਹੜੀਆਂ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ, ਅਤੇ ਉਹਨਾਂ ਦੇ ਉੱਪਰ ਜ਼ੁਲਮ ਕਦੇ ਵੀ ਜਿਹੜਾ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੋ ਜਿੱਥੇ ਸੈਂਟਰ ਸਰਕਾਰ ਅਤੇ ਉੱਥੇ ਜਿਹੜੀ ਹਰਿਆਣਾ ਸਰਕਾਰ ਵੀ ਉਨੀ ਦੋਸ਼ੀ ਹੈ, ਜਿਹੜੀ ਆਪਣੇ ਕਿਸਾਨਾਂ ਦੇ ਉੱਪਰ ਜਿਹੜਾ ਤਸ਼ੱਦਦ ਕਰ ਰਹੇ ਨੇ, ਅਤੇ ਉਹਨਾਂ ਦੇ ਜਿਹੜੇ ਅਥਰੂ ਗੈਸ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਪਿੱਛੇ ਵੀ ਖੜ੍ਹੇ ਨੇ ਡਰੋਨ ਦੇ ਰਾਹੀਂ, ਉਹਨਾਂ ਦੇ ਉੱਪਰ ਜਿਹੜੇ ਨੇ ਉਹ ਜਿਹੜੇ ਗੈਸ ਵਾਲੇ ਬੰਬ ਅਤੇ ਉਹਨਾਂ ਦੇ ਉੱਪਰ ਸੁੱਟ ਰਹੇ ਨੇ, ਜਿਵੇਂ ਕਿ ਪਾਕਿਸਤਾਨ ਦੇ ਨਾਲ ਜੰਗ ਲੱਗੀ ਹੁੰਦੀ ਹੈ। ਅਤੇ ਕਿਵੇਂ ਕੰਡਿਆਲੀ ਤਾਰਾਂ ਇਹ ਵੋਟਾਂ ਦੇ ਨਾਲ ਚੁਣ ਕੇ ਆਈ ਹੋਈ ਸਰਕਾਰ ਹੈ, ਕੋਈ ਇਹ ਤਾਂ ਨਹੀਂ ਵੀ ਉਹ ਆਪਣੇ ਧੱਕੇ ਦੇ ਨਾਲ ਜੰਗ ਜਿੱਤ ਕੇ ਨਹੀਂ ਆਈ ਹੋਈ, ਉਹ ਜਿਹੜੀ ਹੈ ਵੋਟਾਂ ਦੇ ਨਾਲ, ਵੋਟਾਂ ਉਹਨਾਂ ਨੂੰ ਪਈਆਂ ਨੇ ਤਾਂ ਹੀ ਉਹ ਸਰਕਾਰ ਬਣਾ ਸਕੇ ਨੇ। ਅਤੇ ਜੇ ਉਹ ਇਹੋ ਜਿਹਾ ਪਾਪ ਕਰਨਗੇ ਤਾਂ ਉਹ ਦੁਬਾਰਾ ਜਿਹੜੇ ਹੈ ਫਿਰ ਉਹ ਕਦੇ ਵੀ ਸਰਕਾਰ ਨਹੀਂ ਬਣਾ ਸਕਦੇ। ਇਸ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਤੁਰੰਤ ਉਹਨਾਂ ਦੀਆਂ ਮੰਨਣ, ਅਤੇ ਜੋ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਬਿਲਕੁਲ ਉਹਨਾਂ ਨੂੰ ਆਪਣੇ ਨਹੀਂ ਕਰਨੀ ਚਾਹੀਦੀ। ਅਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਪੰਥ, ਅਕਾਲੀ ਬੁੱਢਾ ਦਲ, ਪੰਜਵਾਂ ਤਖ਼ਤ ਕਿਸਾਨਾਂ ਦੇ ਨਾਲ ਹਮੇਸ਼ਾ ਚਟਾਨ ਦੀ ਤਰ੍ਹਾਂ ਖੜਾਂਗੇ। ਤੇ ਜੱਜ ਜੱਜ ਕਰਾਂਗੇ ਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੱਜ ਜੱਜ ਕਰਾਂਗੇ ਜਾਵੇ, ਸੋ ਨਿਹਾਲ ਹੋ